ਦੋਸਤੋ ਆ ਮੇਰੀ ਜਿਹੜੀ ਵੀਡੀਓ ਅੱਜ ਇਹ ਸਟੂਡੈਂਟਸ ਵਾਸਤੇ ਹੈ ਜੋ ਇੰਗਲੈਂਡ ਦੇ ਵਿੱਚ ਸਟੱਡੀ ਵਾਸਤੇ ਆ ਰਹੇ ਸਨ ਚਾਹੇ ਉਹ ਇੰਡੀਆ ਤੋਂ ਚਾਹੇ ਪਾਕਿਸਤਾਨ ਤੋਂ ਚਾਹੇ ਉਹ ਕਿਸੇ ਵੀ ਹੋਰ ਕੰਟਰੀ ਤੋਂ ਤਾਂ ਹੁਣ ਤੱਕ ਤੁਹਾਨੂੰ ਆਪਣੇ ਨਾਲ ਆਪਣੀ ਫੈਮਿਲੀ ਨੂੰ ਲੈ ਕੇ ਆਉਣ ਦਾ ਪਰਮਿਸ਼ਨ ਸਿਗੀ ਜੇ ਹਸਬੰਡ ਸਟੂਡੈਂਟ ਆ ਰਿਹਾ ਹੈ ਤਾਂ ਉਹ ਆਪਣੀ ਨਾਲ ਵਾਈਫ ਲੈ ਕੇ ਆ ਸਕਦਾ ਸੀਗਾ ਜੇ ਬੱਚੇ ਆ ਤਾਂ ਬੱਚੇ ਵੀ ਨਾਲ ਲੈ ਕੇ ਆ ਸਕਦਾ ਸੀ ਇਹ ਜੇ ਵਾਈਫ ਐਜ਼ ਅ ਸਟੂਡੈਂਟ ਆ ਰਹੀ ਹੈ ਤਾਂ ਉਹ ਆਪਣੇ ਹਸਬੰਦ ਨੂੰ ਨਾਲ ਲੈ ਕੇ ਆ ਸਕਦੀ ਸੀ ਤੇ ਬੱਚੇ ਵੀ ਨਾਲ ਲੈ ਕੇ ਆ ਸਕਦੀ ਸੀ ਤੇ ਹੁਣ ਇਹਨਾਂ ਨੇ ਲੈਜਿਸਲੇਸ਼ਨ ਨੇ ਇੱਕ ਨਵਾਂ ਰੂਲ ਪਾਸ ਕੀਤਾ ਹੈ ਦੋ ਦਿਨ ਪਹਿਲਾਂ ਵੀ ਕੋਈ ਵੀ ਸਟੂਡੈਂਟ ਆਪਣੇ ਨਾਲ ਆਪਣੀ ਫੈਮਿਲੀ ਨੂੰ ਨਹੀਂ ਲੈ ਕੇ ਆ ਸਕਦਾ ਤੇ ਇਹ ਨਵਾਂ ਰੂਲ ਜਿਹੜਾ ਹੈਗਾ ਇਹ ਜਨਵਰੀ 2024 ਤੋਂ ਅਪਲਾਈ ਹੋ ਜਾਣਾ ਹੈ ਜਿਹੜੀ ਇਹਨਾਂ ਦੀ ਇਨਟੇਕ ਹੋਏਗੀ ਸਟੂਡੈਂਟਸ ਦੀ ਸਪਟੰਬਰ 2023 ਵਾਲੀ ਉਸ ਦੇ ਵਿੱਚ ਵੀ ਕੁਝ ਰੁਕਾਵਟਾਂ ਲੱਗੀਆਂ ਨੇ ਉਹਨਾਂ ਵਾਸਤੇ ਉਹ ਵੀ ਆਪਣੀਆਂ ਫੈਮਲੀਆਂ ਨੂੰ ਨਾਲ ਨਹੀਂ ਲੈ ਕੇ ਆ ਸਕਦੇ ਤੇ ਦੂਜਾ ਅੱਗੇ ਇੱਥੇ ਸਟੂਡੈਂਟ ਆਉਂਦੇ ਸੀਗੇ ਥੋੜੀ ਦੇਰ ਪਿੱਛੋਂ ਆ ਕੇ ਉਹ ਆਪਣਾ ਸਟੂਡੈਂਟ ਵੀਜ਼ਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਲੈਂਦੇ ਸੀ ਉਹ ਜਿਹੜੀ ਆਪਸ਼ਨ ਹੈਗੀ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀ ਹੈ ਜਦੋਂ ਤੱਕ ਤੁਸੀਂ ਸਟੂਡੈਂਟ ਹੋ ਤੁਸੀਂ ਆਪਣੀ ਪੜ੍ਹਾਈ ਪੂਰੀ ਨਹੀਂ ਕਰਦੇ ਡਿਗਰੀ ਨਹੀਂ ਲੈਂਦੇ ਉਦੋਂ ਤੱਕ ਤੁਹਾਨੂੰ ਉਹੀ 20 ਘੰਟੇ ਹਰ ਹਫਤਾ ਦੇ ਵਿੱਚ ਅਲਾਊਡ ਆ ਕੰਮ ਕਰਨਾ ਤੇ ਜਦੋਂ ਵਕੇਸ਼ਨਸ ਹੈਗੀਆਂ ਉਦੋਂ ਤੁਸੀਂ ਫੁੱਲ ਟਾਈਮ ਕਰ ਸਕਦੇ ਹੋ ਤੇ ਉਸ ਤੋਂ ਇਲਾਵਾ ਤੁਸੀਂ ਕੰਮ ਨਹੀਂ ਕਰ ਸਕਦੇ 20 ਘੰਟਿਆਂ ਤੋਂ ਜ਼ਿਆਦਾ ਸੋ ਇਹ ਜਿਹੜਾ ਅੱਗੇ ਇੱਕ ਚੱਲ ਰਿਹਾ ਸੀ ਆਪਣੇ ਅਰੇਂਜਮੈਂਟ ਲੋਕਾਂ ਦਾ ਆਪਸ ਵਿੱਚ ਵੀ ਲੜਕੀ ਉਹ ਲੱਭੋ ਜਿਹਦੇ ਆਇਲਟਸ ਕਿਤੇ ਹੋਣ ਬੈਂਡ ਹੁਣ ਸੱਤ ਤੇ ਲੜਕੇ ਵਾਲੇ ਖਰਚਾ ਕਰ ਦਿੰਦੇ ਸੀਗੇ ਤੇ ਲੜਕੀ ਪੜਨ ਦੇ ਵਾਸਤੇ ਵੀਜ਼ਾ ਅਪਲਾਈ ਕਰ ਦਿੰਦੀ ਸੀ ਤੇ ਉਹਦੇ ਨਾਲ ਲੜਕੇ ਦਾ ਵੀ ਵੀਜ਼ਾ ਲੱਗ ਜਾਂਦਾ ਸੀਗਾ ਉਸ ਸਿਸਟਮ ਨੂੰ ਹੀ ਇਹਨਾਂ ਨੇ ਬੰਦ ਕਰਨ ਵਾਸਤੇ ਇਹ ਨਵੇਂ ਰੂਲ ਫੋਰਸ ਵਿੱਚ ਲਿਆਂਦੇ ਨੇ ਕਿਉਂਕਿ ਜਦੋਂ ਅਸੀਂ ਕੋਈ ਵੀ ਸਿਸਟਮ ਮਿਸਯੂਜ਼ ਕਰਨ ਲਾਈ ਜੰਨੇ ਆ ਤਾਂ ਨੇਚਰਲੀ ਉਹਦਾ ਅਫੈਕਟ ਜਿਹੜਾ ਹੈਗਾ ਉਹ ਜੈਨੂਅਰ ਬੰਦਿਆਂ ਤੇ ਵੀ ਪੈਂਦਾ ਹੈ ਸੋ ਇਦਾਂ ਹੀ ਜਿਵੇਂ ਅੱਜ ਤੋਂ 10 ਸਾਲ ਪਹਿਲਾਂ ਇੱਥੇ ਬਹੁਤ ਜ਼ਿਆਦਾ ਪ੍ਰਾਈਵੇਟ ਕਾਲਜਿਸ ਨੂੰ ਲਾਇਸੈਂਸ ਮਿਲ ਗਏ ਸਨ 70-75 ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਲਾਇਸੈਂਸ ਮਿਲ ਗਏ ਸਨ ਉਹ ਜਦੋਂ ਬਾਅਦ ਦੇ ਵਿੱਚ ਪਤਾ ਚੱਲਿਆ ਤਾਂ ਇੱਕ ਇੱਕ ਕਮਰੇ ਦੇ ਵਿੱਚ ਯੂਨੀਵਰਸਟੀਆਂ ਚੱਲ ਰਹੀਆਂ ਸਨ ਇੱਕ ਇੱਕ ਕਮਰੇ ਦੇ ਵਿੱਚ ਹੀ ਕਾਲਜ ਚੱਲ ਰਹੇ ਸਨ ਤੇ ਫਿਰ ਓਵਰਨਾਈਟ ਇਹਨਾਂ ਨੇ 500 ਬੋਗਸ ਕਾਲਜ ਤੇ ਅਸੀਂ 85 ਯੂਨੀਵਰਸਿਟੀ ਜਿਹੜੀਆਂ ਸੀਗੀਆਂ ਉਹ ਬੰਦ ਕਰ ਦਿੱਤੀਆਂ ਕਿਉਂਕਿ ਉਹ ਸਿਰਫ ਵੀਜ਼ਾ ਲਵਾਉਣ ਦਾ ਹੀ ਕੰਮ ਕਰਦੀਆਂ ਸੀਗੀਆਂ ਇੱਥੇ ਉਹਨਾਂ ਕੋਈ ਪੜਾਉਣ ਦੀ ਫੈਸਿਲਿਟੀ ਨਹੀਂ ਸੀਗੀ ਫੀਸ ਉਹ ਲੈ ਲੈਂਦੇ ਸੀਗੇ ਕਈ-ਕਈ ਲੱਖ ਰੁਪਇਆ ਲੋਕਾਂ ਦਾ ਤੇ ਉਹਦੇ ਪਿੱਛੋਂ ਕੋਈ ਡਿਗਰੀ ਕੋਈ ਤੁਹਾਨੂੰ ਕਲਾਸ ਨਹੀਂ ਸੀ ਲਾਉਣੀ ਪੈਂਦੀ ਫੁੱਲ ਟਾਈਮ ਹੀ ਲੋਕੀ ਕੰਮ ਤੇ ਜਾਣ ਲੱਗ ਜਾਂਦੇ ਸੀਗੇ ਜਦੋਂ ਇੱਕ ਵਾਰ ਆ ਕੇ ਇੱਥੇ ਹਾਜ਼ਰੀ ਲਵਾ ਕੇ ਸੋ ਉਹ ਸਿਸਟਮ ਇਹਨਾਂ ਨੇ 2013 ਦੇ ਵਿੱਚ ਬਿਲਕੁਲ ਬੰਦ ਕਰ ਦਿੱਤਾ ਤੇ ਉਹ ਸਾਰਾ ਕੁਝ ਜੋ ਇੱਥੇ ਪੂਰਾ ਕਰ ਕਰ ਇਹਨਾਂ ਨੇ ਬੰਦ ਕਰਕੇ ਢੇਰ ਤੇ ਸੁੱਟ ਦਿੱਤਾ ਸੀਗਾ ਉਹ ਉਦਾਂ ਦੇ ਕਾਲਜ ਯੂਨੀਵਰਸਿਟੀਆਂ ਵਗੈਰਾ ਉਹ ਸਾਰੀਆਂ ਮੁੜ ਕੇ ਕੈਨੇਡਾ ਚ ਚਲੇ ਗਈਆਂ ਨੇ ਹੁਣ ਕੈਨੇਡਾ ਦੇ ਵਿੱਚ ਵੀ ਜਿਹੜੇ ਸਟੂਡੈਂਟ ਵਾਪਸ ਜਾ ਰਹੇ ਨੇ ਜਿਨ੍ਹਾਂ ਦਾ ਪਿੱਛੇ ਰੋਲਾ ਪਿਆ ਸੀ ਵੀ ਕਾਲਜਿਸ ਫੇਕ ਸੀਗੇ ਜਾਂ ਬੰਦ ਹੋ ਗਏ ਨੇ ਫੀਸ ਖਾ ਗਏ ਨੇ ਰਿਪੋਰਟ ਹੋ ਰਹੇ ਨੇ ਸਟੂਡੈਂਟ ਉਹ ਸਾਰੀ ਗਿਫਟ ਜਿਹੜੀ ਤੁਹਾਨੂੰ ਉਹ ਇੰਗਲੈਂਡ ਦੀ ਦਿੱਤੀ ਆ ਉਥੇ ਕਿਉਂਕਿ ਜੇ ਤੋਂ ਇਥੋਂ ਕੁ ਸਿਸਟਮ ਫੇਲ ਹੋ ਜਾਂਦਾ ਫਿਰ ਉਹ ਕੈਨੇਡਾ ਵਰਗੇ ਮੁਲਕ ਅਡਾਪਟ ਕਰ ਲੈਂਦੇ ਨੇ ਤੇ ਹੁਣ ਉਥੋਂ ਵੀ ਇਹ ਬੰਦ ਹੋ ਜਾਣਾ ਇਹ ਜਿਹੜਾ ਯੂਕੇ ਵਾਲਿਆਂ ਨੇ ਹੁਣ ਕੀਤਾ ਹੈ ਇਹਦੇ ਨਾਲ ਜਿਹੜੇ ਐਕਚੁਅਲੀ ਜੈਨੂਇਨ ਕਪਲਸ ਹਨ ਜਿਹਨਾਂ ਦਾ ਵਿਆਹ ਵਾਕਈ ਹੀ ਜੈਨੂਨ ਹੋਇਆ ਸੀ ਉਹਦਾ ਤਾਂ ਅਸੀਂ ਵੇਖਿਆ ਆਪਣੇ ਕਲਚਰ ਦੇ ਵਿੱਚ ਵੀ ਜਦੋਂ ਤੁਸੀਂ ਪੜਦੇ ਹੁੰਨੇ ਆ ਤਾਂ ਪੜਦੇ ਨੂੰ ਕੋਈ ਰਿਸ਼ਤਾ ਨਹੀਂ ਕਰਦਾ ਜਦੋਂ ਤੱਕ ਕੋਈ ਨੌਕਰੀ ਨਹੀਂ ਲੱਗ ਜਾਂਦਾ ਪਰ ਇੱਥੇ ਆਮ ਆਪਾਂ ਦੇਖਿਆ ਵੀ ਜਿਹੜੇ ਸਟੂਡੈਂਟ ਆ ਰਹੇ ਸਨ 18 18 19 19 20 20 ਸਾਲ ਦੇ ਉਹ ਸਾਰੇ ਵਿਆਹ ਆ ਰਹੇ ਸਨ ਕਈਆਂ ਦੇ ਤਾਂ ਬੱਚੇ ਵੀ ਸਨ ਉਹ ਸਾਰਾ ਇੱਕ ਸਿਸਟਮ ਨੂੰ ਫਰਾਡ ਕਰਨ ਵਾਸਤੇ ਹੀ ਸਿਸਟਮ ਕੀਤਾ ਗਿਆ ਸੀਗਾ ਉਹ ਹੌਲੀ ਹੌਲੀ ਇਹਨਾਂ ਦੇ ਸਮਝ ਪੈ ਗਈ ਤੇ ਇਹਨਾਂ ਨੇ ਹੁਣ ਉਹਦੇ ਪੱਕਾ ਸਿਮਿੰਟ ਲਾ ਦਿੱਤਾ ਤੇ ਬਾਕੀ ਜਿਹੜੇ ਮੈਂ ਦੱਸਿਆ ਹੀ ਹੈ ਵੀ ਜਿਹੜੇ ਸਪਟੰਬਰ ਤੋਂ ਵੀ ਆਉਣੇ ਹੈਗੇ ਉਹਨਾਂ ਦਾ ਵਰਕ ਪਰਮਿਟ ਆਏਗਾ ਜਿਹੜਾ ਉਹ ਸਟੱਡੀ ਤੋਂ ਪਿੱਛੋਂ ਹੀ ਹੋਏਗਾ ਤੇ ਦੂਜੀ ਗੱਲ ਜਿਹੜੇ ਜੈਨੂਇਨ ਸਟੂਡੈਂਟ ਇੱਥੇ ਆਉਂਦੇ ਨੇ ਜਿਹੜੀਆਂ ਪ੍ਰੋਪਰ ਯੂਨੀਵਰਸਿਟੀਆਂ ਦੇ ਵਿੱਚ ਕਾਲਜੇਜ਼ ਦੇ ਵਿੱਚ ਜਦੋਂ ਉਹਨਾਂ ਦੀ ਐਜੂਕੇਸ਼ਨ ਪੂਰੀ ਹੋ ਜਾਂਦੀ ਹੈ ਤਾਂ ਇਹ ਉਹਨਾਂ ਨੂੰ ਇੱਕ ਪੋਸਟ ਸਟੱਡੀ ਵੀਜ਼ਾ ਦਿੰਦੇ ਨੇ ਪੀਐਸਡਬਲ ਜਿਹੜਾ ਹੈਗਾ ਪੋਸਟ ਸਟੱਡੀ ਵਰਕ ਵੀਜ਼ਾ ਉਹ 2 ਸਾਲਾਂ ਦਾ ਹੁੰਦਾ ਹੈ ਉਹ ਇਹਨਾਂ ਦਾ ਦੇਣ ਦਾ ਮਤਲਬ ਉਹੀ ਹੈ ਇਹ ਇਮੀਗ੍ਰੇਸ਼ਨ ਤਾਂ ਚਾਹੁੰਦੇ ਨੇ ਵੀ ਲੋਕੀ ਆਉਣ ਪਰ ਇਹਨਾਂ ਨੂੰ ਹੈਗਾ ਵੀ ਸਹੀ ਤਰੀਕੇ ਨਾਲ ਆਵੇ ਦੂਜੀ ਗੱਲੋ ਜਦੋਂ ਕੋਈ ਬੱਚਾ ਇਹਨਾਂ ਦੇ ਕਿਸੇ ਬਹੁਤ ਚੰਗੇ ਇੰਸਟੀਟਿਊਸ਼ਨ ਤੋਂ ਪੜ ਜਾਂਦਾ ਹੈ ਆਕਸਫੋਰਡ ਹੋ ਗਿਆ ਐਲ ਐਸ ਸੀ ਹੋ ਗਈ ਕੈਂਬਰੇਜ ਹੋ ਗਿਆ ਜਾਂ ਹੋਰ ਵੀ ਜੜੀਆਂ ਯੂਨੀਵਰਸਿਟੀਆਂ ਹੈਗੀਆਂ ਨੇ ਜਦੋਂ ਪ੍ਰੋਪਰ ਇਥੋਂ ਕੁਆਲਿਫਿਕੇਸ਼ਨ ਲੈ ਲੈਂਦਾ ਫਿਰ ਇਹ ਉਹਨੂੰ ਦੋ ਸਾਲਾਂ ਦਾ ਕੰਮ ਕਰਨ ਦਾ ਫੁੱਲ ਟਾਈਮ ਦਾ ਵੀਜ਼ਾ ਦਿੰਦੇ ਨੇ ਉਹ ਵੀਜ਼ਾ ਦੇਣ ਦਾ ਮਤਲਬ ਇਹੀ ਹੁੰਦਾ ਤਾਂ ਕਿ ਉਹ ਕੋਈ ਵੀ ਜਿਹੜਾ ਇਹਨਾਂ ਤੋਂ ਇਥੋਂ ਐਜੂਕੇਸ਼ਨ ਜਿਸ ਨੇ ਲਈ ਹੈ ਉਹ ਫਿਰ ਵਾਪਸ ਜਾ ਨਾ ਸਕੇ ਤੇ ਉਹਦੀ ਐਜੂਕੇਸ਼ਨ ਉਹਦੀਆਂ ਸਕਿਲਸ ਉਹ ਐਸੀ ਕੰਟਰੀ ਦੇ ਵਿੱਚ ਯੂਜ਼ ਕਰ ਸਕਣ ਸੋ ਬੜੇ ਇਹ ਇੰਟੈਲੀਜੈਂਟ ਲੋਕ ਨੇ ਇਹ ਤੁਹਾਨੂੰ ਇਹਨਾਂ ਨੂੰ ਪਤਾ ਹੈ ਵੀ ਅਸੀਂ ਕਿਵੇਂ ਕਰੀਮ ਜਿਹੜੀ ਹੈਗੀ ਕੰਟਰੀਆਂ ਤੋਂ ਕੱਢ-ਕੱਢ ਕੇ ਆਪਣੇ ਮੂਲਕ ਚ ਲੈ ਕੇ ਆਉਣੀ ਹੈ ਤੇ ਪਰ ਜਿਹੜੇ ਆ ਦੂਜੇ ਸੀ ਵੀ 에어ਪੋਰਟ ਤੋਂ ਉਤਰੇ ਉਤਰ ਕੇ ਸਿੱਧੇ ਹੀ ਬੱਸ ਜਾ ਕੇ ਸੇ ਬਿਲਡਰ ਕੋ ਜਾ ਲੱਗੇ ਉਹਨਾਂ ਵਾਸਤੇ ਇਹ ਰਸਤੇ ਬੰਦ ਹੋ ਗਏ ਨੇ ਤੇ ਬਾਕੀ ਜਿਹੜੀਆਂ ਠੱਗੀਆਂ ਹੁੰਦੀਆਂ ਸੀ ਉੱਥੇ ਵੀ ਇੱਕ ਲੜਕੀ ਵਾਲੇ ਨੇ ਪੈਸੇ ਲਵਾਲੇ ਲੜਕੇ ਵਾਲਿਆਂ ਦੇ ਤੇ ਹੁਣ ਲੜਕੇ ਨੂੰ ਨਹੀਂ ਬੁਲਾਉਂਦੀ ਜਾਂ ਉਹ ਉਹਨਾਂ ਨੂੰ ਫਾਇਦਾ ਹੋ ਗਿਆ ਲੋਕਾਂ ਨੂੰ ਉਹ ਹੁਣ ਹੌਲੀ-ਹੌਲੀ ਕੇਸ ਬੰਦੀ ਹੋ ਜਾ ਰਹੇ ਨੇ ਹੁਣ ਕਿਸੇ ਨੇ ਵੜਨੇ ਵਾਲੇ ਨੂੰ ਰਿਸ਼ਤਾ ਨਹੀਂ ਕਰਨਾ ਜਿਵੇਂ ਆਪਣੇ ਚੱਲੇ ਰਿਹਾ ਸੀ ਸਿਸਟਮ ਉਮੀਦ ਆ ਵੀ ਇਦਾਂ ਦਾ ਸਿਸਟਮ ਕੈਨੇਡਾ ਦੇ ਵਿੱਚ ਵੀ ਅਪਲਾਈ ਹੋ ਜਵੇ ਤਾਂ ਕਿ ਉੱਥੋਂ ਵੀ ਇਦਾਂ ਦੇ ਜਿਹੜੇ ਕੇਸ ਹੈਗੇ ਨੇ ਉਹ ਬੰਦ ਹੋ ਸਕਣ ਸੋ ਇਹ ਤੁਹਾਨੂੰ ਮੈਂ ਜਿਹੜੀ ਅੱਜ ਇੱਕ ਅਪਡੇਟ ਕਰਨੀ ਸੀਗੀ ਤੇ ਇਹ ਜਿਹੜੇ ਏਜੰਟਸ ਬੈਠੇ ਨੇ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਵੀ ਬੜੀ ਮਾੜੀ ਕਵਰ ਹੈ ਤੇ ਬਾਕੀ ਜੈਨੂਇਨ ਜਿਹੜੇ ਸਟੂਡੈਂਟਸ ਆਉਣੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੂੰ ਸਿਰਫ ਇਹੀ ਹੈਗੀ ਵੀ ਜਦੋਂ ਤੱਕ ਆਪਣੀ ਕੁਆਲੀਫਿਕੇਸ਼ਨ ਪੂਰੀ ਨਹੀਂ ਕਰਦੇ ਉਹ ਆਪਣੇ 파ਟਰਨਰ ਨੂੰ ਇਹ ਆਪਣੇ ਬੱਚੇ ਨੂੰ ਕਿਸੇ ਨੂੰ ਨਹੀਂ ਬੁਲਾ ਸਕਦੇ ਇਹ ਸਿਸਟਮ ਜਰਮਨੀ ਵਗੈਰਾ ਤਾਂ ਆਲਰੇਡੀ ਮੇਰਾ ਖਿਆਲ ਇਨ ਪਲੇਸ ਹੈਗਾ ਇੰਗਲੈਂਡ ਦੇ ਵਿੱਚ ਹੀ ਰਹਿੰਦਾ ਸੀ ਉਹ ਇਹਨਾਂ ਨੇ ਕਰ ਦਿੱਤਾ ਹੈਗਾ ਬਾਕੀ ਇਮੀਗ੍ਰੇਸ਼ਨ ਬਾਰੇ ਇਹ ਬਹੁਤ ਕੌਨਸ਼ੀਅਸ ਨੇ ਤਾਂ ਹੀ ਇਹਨੇ ਸਟ੍ਰਿਕਟ ਹੋ ਰਹੇ ਨੇ ਕਿਉਂਕਿ ਜਿਹੜੀ ਇਮੀਗ੍ਰੇਸ਼ਨ 1950s ਦੇ ਵਿੱਚ ਹੋਈ 60s ਦੇ ਵਿੱਚ ਹੋਈ 70s ਦੇ ਵਿੱਚ ਹੋਈ ਹੈ ਕਿਸੇ ਵੀ ਕੰਟਰੀ ਤੋਂ ਉਹ ਲੋਕੀ ਸਿਰਫ ਇੱਕ ਪ੍ਰੋਬਲਮ ਨਾਲ ਮਾਈਗ੍ਰੇਟ ਹੋ ਕੇ ਆਏ ਸਨ ਉਹਨਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਸੀਗੀ ਉਹ ਬੈਟਰ ਲਾਈਫ ਵਾਸਤੇ ਆਏ ਸਨ ਹੁਣ ਜਿਹੜੇ ਲੋਕੀ ਇਮੀਗ੍ਰੈਂਟਸ ਆ ਰਹੇ ਨੇ ਇਹਨਾਂ ਕੰਟਰੀਆਂ ਦੇ ਵਿੱਚ ਉਹ ਕੱਲੀ ਇਕਨੋਮਿਕ ਪ੍ਰੋਬਲਮ ਨਹੀਂ ਲੈ ਕੇ ਆ ਰਹੇ ਉਹ ਆਪਣੇ ਨਾਲ ਹੋਰ ਵੱਡੀਆਂ ਪ੍ਰੋਬਲਮਾਂ ਲੈ ਕੇ ਆ ਰਹੇ ਨੇ ਉਹਨਾਂ ਨੂੰ ਇੱਥੇ ਆ ਕੇ ਇਹ ਵੀ ਯਾਦ ਆ ਜਾਂਦਾ ਜਦੋਂ ਵੀਜ਼ਾ ਖਤਮ ਹੋ ਜਾਂਦਾ 5-7 ਮਹੀਨੇ ਪਿੱਛੇ ਓਵਰਸਟੇ ਕਰਨਾ ਹੁੰਦਾ ਸਾਇਲੰਮ ਅਪਲਾਈ ਕਰਨੀ ਹੁੰਦੀ ਹੈ ਫਿਰ ਕਿਸੇ ਨੂੰ ਖਾਲਸਾ ਨੇ ਯਾਦ ਆ ਜਾਂਦਾ ਹੈ ਕਿਸੇ ਨੂੰ ਕਸ਼ਮੀਰ ਯਾਦ ਕਰਾਉਣਾ ਯਾਦ ਆ ਜਾਂਦਾ ਹੈ ਕਿਸੇ ਨੂੰ ਪੈਲੇਸਟਾਈਨ ਯਾਦ ਕਰਾਉਣਾ ਯਾਦ ਆ ਜਾਂਦਾ ਹੈ ਮਤਲਬ ਫਿਰ ਉਹ ਸਾਰੇ ਇੱਥੇ ਮਤਲਬ ਹੋਰ ਜਿਹੜੀਆਂ ਪ੍ਰੋਬਲਮਾਂ ਆਪਣੀਆਂ ਬੈਕ ਹੋਮ ਦੀਆਂ ਉਹ ਖੜੀਆਂ ਖੜੀਆਂ ਲੈ ਕੇ ਫਿਰ ਉਹ ਅਸਾਈਲਮ ਅਪਲਾਈ ਕਰਦੇ ਨੇ ਤੇ ਇਹ ਉਦੋਂ ਤੱਕ ਤਾਂ ਇਹ ਵੀ ਖੁਸ਼ ਸੀਗੇ ਕਿ ਜਦੋਂ ਤੱਕ ਕਿਸੇ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਸੀ ਕਿ ਇੱਥੇ ਆ ਕੇ ਆਪਣੀ ਚੰਗੇ ਚਾਰ ਪੈਸੇ ਕਮਾ ਕੇ ਪਿੱਛੇ ਹੀ ਭੇਜਦਾ ਸੀ ਤੇ ਇੱਥੇ ਵੀ ਆਪਣੀ ਜ਼ਿੰਦਗੀ ਵਧੀਆ ਬਣਾ ਲਈ ਸੀਗੀ ਉਹ ਤਾਂ ਇਹਨਾਂ ਨੇ ਐਕਸੈਪਟ ਕਰ ਲਈ ਸੀਗੀ ਪਰ ਹੁਣ ਜਿਹੜੀਆਂ ਦੂਜੀਆਂ ਪ੍ਰੋਬਲਮਾਂ ਹੋਰ ਲੈ ਕੇ ਆਏ ਆਂ ਹਕਕ ਤੋਂ ਆਉਣ ਦੀਆਂ ਪਿੱਛੇ ਮੁਲਕ ਬਣਾਉਣ ਦੀਆਂ ਉਹ ਪ੍ਰੋਬਲਮਾਂ ਤੇ ਇਹ ਵੀ ਆਕੇ ਹੋਏ ਨੇ ਕਿਉਂਕਿ ਇਹਨਾਂ ਦੀ ਪੁਲਿਸ ਇੰਟੈਲੀਜੈਂਸ ਸਾਰੀਆਂ ਬਾਕੀ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਕੰਟਰੀਜ਼ ਦੇ ਨਾਲ ਟੈਨਸ ਹੋ ਜਾਂਦੇ ਨੇ ਸੋ ਇਹ ਇਹਨਾਂ ਤੁਹਾਡਾ ਬੈਗੇਜ ਨਹੀਂ ਲਈ ਸਕਦੇ ਉਸੇ ਕਰਕੇ ਇਹਨਾਂ ਨੇ ਗਾਹ ਨੂੰ ਇਹ ਏਅਰ ਕਪਟਾ ਪਾਉਣੀਆਂ ਸ਼ੁਰੂ ਕਰਤੀਆਂ ਤੇ ਇਹਦਾ ਹੌਲੀ ਹੌਲੀ ਇਫੈਕਟ ਤੁਸੀਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਾਲਾਂ ਦੇ ਵਿੱਚ ਸਾਰੇ ਕੰਟਰੀਆਂ ਦੇ ਵਿੱਚ ਹੀ ਫੀਲ ਕਰੋਗੇ ਜਿਹੜੇ ਵੈਸਟਰਨ ਕੰਟਰੀਜ਼ ਹੈਗੇ ਨੇ ਥੈਂਕ ਯੂ